ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਸਥਾਈ ਤੌਰ 'ਤੇ ਸਸਪੈਂਡ ਹੋ ਗਿਆ ਹੈ। ਟਵਿੱਟਰ ਉਹਨਾਂ ਅਕਾਊਂਟਸ ਨੂੰ ਸਸਪੈਂਡ ਕਰ ਦਿੰਦਾ ਹੈ ਜੋ ਤੈਅ ਨਿਯਮਾਂ ਦੀ ਉਲੰਘਣਾ ਕਰਦੇ ਨੇ। ਇਹ ਕਾਰਵਾਈ ਉਸ ਟਵੀਟ ਤੋਂ ਬਾਅਦ ਹੋਈ ਹੈ ਜਿਸ ਵਿੱਚ ਕੰਗਨਾ ਨੇ ਬੰਗਾਲ ਵਿੱਚ ਹੋ ਰਹੀ ਹਿੰਸਾ ਅਤੇ ਉੱਥੇ ਰਾਸ਼ਟਰਪਤੀ ਸ਼ਾਸਨ ਦੀ ਮੰਗ ਕਰਦੇ ਹੋਏ ਲਿਖਿਆ ਸੀ ਕਿ ਗੁੰਡਾਗਰਦੀ ਖਤਮ ਕਰਨ ਦੇ ਲਈ ਸਾਨੂੰ ਸੁਪਰ ਗੁੰਡਈ ਦੀ ਜ਼ਰੂਰਤ ਹੈ, ਮੋਦੀ ਜੀ ਆਪਣਾ ਵਿਰਾਟ ਰੂਪ ਦਿਖਾਉਣ। ਕੰਗਨਾ ਨੇ ਸਰਕਾਰ ਤੋਂ ਬੰਗਾਲ ਵਿੱਚ ਹੋ ਰਹੀ ਹਿੰਸਾ ਨੂੰ ਲੈ ਕੇ ਜਲਦ ਤੋਂ ਜਲਦ ਕਰੜਾ ਕਦਮ ਚੁੱਕਣ ਦੀ ਅਪੀਲ ਕੀਤੀ ਸੀ। ਰਣੌਤ ਆਪਣੇ ਵਿਵਾਦਿਤ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਰਹਿੰਦੀ ਹੈ। ਇਸ ਕਾਰਵਾਈ 'ਤੇ ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸਪੱਸ਼ਟ ਹਾਂ ਕਿ ਹਰ ਉਸ ਵਤੀਰੇ 'ਤੇ ਕਾਰਵਾਈ ਕਰਾਂਗੇ ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਆਫਲਾਈਨ ਨੁਕਸਾਨ ਹੋ ਸਕਦਾ ਹੈ। ਕੰਗਨਾ ਰਣੌਤ ਦਾ ਅਕਾਊਂਟ ਹਮੇਸ਼ਾ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਉਹਨਾਂ ਦੇ ਅਕਾਊਂਟ ਤੋਂ ਲਗਾਤਾਰ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਅਸੀਂ ਨਿਰਪੱਖ ਤਰੀਕੇ ਨਾਲ ਟਵਿੱਟਰ ਦੇ ਨਿਯਮਾਂ ਨੂੰ ਸਾਰਿਆਂ 'ਤੇ ਲਾਗੂ ਕਰਦੇ ਹਾਂ। ਟਵਿੱਟਰ ਦੇ ਇਸ ਐਕਸ਼ਨ ਦਾ ਕੰਗਨਾ ਨੇ ਰਿਐਕਸ਼ਨ ਵੀ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਟਵਿੱਟਰ ਨੇ ਮੇਰਾ ਪੁਆਇੰਟ ਸਹੀ ਸਾਬਤ ਕਰ ਦਿੱਤਾ ਹੈ ਕਿ ਉਹ ਅਮਰੀਕੀ ਨੇ ਅਤੇ ਜਨਮ ਤੋਂ ਹੀ ਇੱਕ ਵਾਈਟ ਇਨਸਾਨ ਕਿਸੇ ਭੂਰੇ ਇਨਸਾਨ ਨੂੰ ਆਪਣਾ ਦਾਸ ਬਣਾ ਕੇ ਰੱਖਣਾ ਚਾਹੁੰਦਾ ਹੈ। ਉਹ ਤੁਹਾਨੂੰ ਦੱਸਣਾ ਚਾਹੁੰਦੇ ਨੇ ਕਿ ਕੀ ਬੋਲੋ, ਕੀ ਸੋਚੋ ਅਤੇ ਕੀ ਕਰੋ। ਮੇਰੇ ਕੋਲ ਕਈ ਪਲੇਟਫਾਰਮ ਨੇ ਜਿੱਥੇ ਮੈਂ ਆਪਣੀ ਗੱਲ ਰੱਖ ਸਕਦੀ ਹਾਂ। ਧਿਆਨ ਰਹੇ ਕਿ ਟਵਿੱਟਰ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਟਵਿੱਟਰ ਅਕਾਊਂਟ ਵੀ ਸਸਪੈਂਡ ਕਰ ਦਿੱਤਾ ਸੀ। ਕਾਰਨ ਸੀ ਟਰੰਪ ਦੇ US ਕੈਪੀਟਲ 'ਚ ਹੋਈ ਹਿੰਸਾ ਬਾਰੇ ਕੀਤੇ ਗਏ ਟਵੀਟ। ਹੁਣ ਸਵਾਲ ਇਹ ਉੱਠਦਾ ਹੈ ਕਿ ਟਵਿੱਟਰ ਕਿਸੇ ਦਾ ਅਕਾਊਂਟ ਕਦੋਂ ਸਥਾਈ ਤੌਰ 'ਤੇ ਸਸਪੈਂਡ ਕਰ ਸਕਦਾ ਹੈ। ਟਵਿੱਟਰ ਦੇ ਪਾਲਿਸੀ ਪੇਜ 'ਤੇ ਲਿਖਿਆ ਹੈ ਕਿ ਇਹ ਸਾਡਾ ਸਭ ਤੋਂ ਸਖਤ ਕਦਮ ਹੁੰਦਾ ਹੈ। ਜਿਸ ਦਾ ਅਕਾਊਂਟ ਪਰਮਾਨੈਂਟਲੀ ਸਸਪੈਂਡ ਕੀਤਾ ਜਾਂਦਾ ਹੈ ਉਹ ਸ਼ਖਸ ਮੁੜ ਕਿਸੇ ਨਵੇਂ ਅਕਾਊਂਟ ਨਾਲ ਸਾਡੇ ਪਲੇਟਫਾਰਮ 'ਤੇ ਨਹੀਂ ਆ ਸਕਦਾ। ਜਦੋਂ ਅਸੀਂ ਸਥਾਈ ਤੌਰ 'ਤੇ ਕਿਸੇ ਦਾ ਅਕਾਊਂਟ ਸਸਪੈਂਡ ਕਰ ਦਿੰਦੇ ਹਾਂ ਤਾਂ ਸੰਬੰਧਿਤ ਸ਼ਖਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਅਜਿਹਾ ਐਕਸ਼ਨ ਕਿਉਂ ਅਤੇ ਕਿਹੜੀ ਨੀਤੀ ਦੇ ਤਹਿਤ ਲਿਆ ਗਿਆ ਹੈ ਅਤੇ ਕਿਹੜੀ ਸਮੱਗਰੀ ਇਸ ਸ਼੍ਰੇਣੀ ਤਹਿਤ ਆਉਂਦੀ ਹੈ। ਹੁਣ ਸਵਾਲ ਇਹ ਹੈ ਕਿ ਇਸ ਹਾਲਾਤ ਵਿੱਚ ਤੁਸੀਂ ਅਕਾਊਂਟ ਮੁੜ ਬਹਾਲ ਕਰਨ ਲਈ ਅਪੀਲ ਕਰ ਸਕਦੇ ਹੋ? ਹਾਂ, ਇਸ ਮਾਮਲੇ ਵਿੱਚ ਟਵਿੱਟਰ ਦਾ ਸਪੋਰਟ ਪੇਜ ਕਹਿੰਦਾ ਹੈ ਕਿ ਜੇਕਰ ਯੂਜ਼ਰ ਨੂੰ ਲੱਗਦਾ ਹੈ ਕਿ ਅਸੀਂ ਐਕਸ਼ਨ ਲੈਣ ਵੇਲੇ ਕੋਈ ਗਲਤੀ ਕੀਤੀ ਹੈ ਤਾਂ ਉਹ ਸਾਡੇ ਪਲੇਟਫਾਰਮ 'ਤੇ ਅਕਾਊਂਟ ਨੂੰ ਮੁੜ ਬਹਾਲ ਕਰਨ ਲਈ ਅਪੀਲ ਕਰ ਸਕਦੇ ਨੇ। ਅਪੀਲ ਤੋਂ ਬਾਅਦ ਸਾਨੂੰ ਲੱਗਿਆ ਕਿ ਇਹ ਸਸਪੈਂਸ਼ਨ ਸਹੀ ਹੈ ਤਾਂ ਅਸੀਂ ਸੰਬੰਧਿਤ ਸ਼ਖਸ ਨੂੰ ਕਾਰਨਾਂ ਸਣੇ ਸੂਚਿਤ ਕਰ ਦਿੰਦੇ ਹਾਂ। ਪਰ ਕੰਗਨਾ ਦੇ ਮਾਮਲੇ ਵਿੱਚ ਕੀ ਹੋ ਸਕਦਾ ਅਗਲਾ ਕਦਮ? ਅਕਸਰ ਟਵਿੱਟਰ ਆਪਣੇ ਪਲੇਟਫਾਰਮ 'ਤੇ ਗਾਈਡਲਾਈਨਸ ਦੀ ਉਲੰਘਣਾ ਹੋਣ ਜਾਂ ਗੁੰਮਨਾਮ ਅਕਾਊਂਟਸ ਤੋਂ ਕਿਸੇ ਤਰ੍ਹਾਂ ਦੀ ਇਤਰਾਜ਼ਯੋਗ ਟਿੱਪਣੀ ਦੇਖਦਾ ਹੈ ਤਾਂ ਉਹ ਯੂਜ਼ਰ ਤੋਂ ਉਹਨਾਂ ਦਾ ਵੈਲਿਡ ਈਮੇਲ ਅਤੇ ਫੋਨ ਨੰਬਰ ਲੈਂਦਾ ਹੈ ਜਿਸ ਨਾਲ ਉਹ ਅਕਾਊਂਟ ਨੂੰ ਵੈਰੀਫਾਈ ਕਰਦਾ ਹੈ। ਕੰਗਨਾ ਦੇ ਮਾਮਲੇ ਵਿੱਚ ਇਹ ਸਾਰੇ ਜਾਣਦੇ ਨੇ ਕਿ ਉਹਨਾਂ ਦਾ ਅਕਾਊਂਟ ਪਹਿਲਾਂ ਤੋਂ ਹੀ ਵੈਰੀਫਾਈਡ ਸੀ ਅਤੇ ਉਹਨਾਂ ਦੇ ਟਵੀਟਸ 'ਤੇ ਕਈ ਵਾਰ ਇਤਰਾਜ਼ ਵੀ ਜਤਾਏ ਗਏ ਨੇ। ਅਜਿਹੇ ਵਿੱਚ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਟਵਿੱਟਰ ਉਹਨਾਂ ਦਾ ਅਕਾਊਂਟ ਮੁੜ ਬਹਾਲ ਕਰੇਗਾ।